ਪਹਾੜਾਂ 'ਚ ਪਈ ਬਰਫ਼ਬਾਰੀ ਦੇ ਚੱਲਦਿਆਂ ਮੈਦਾਨੀ ਇਲਾਕਿਆਂ 'ਚ ਮੁੜ ਤੋਂ ਠੰਡ ਦਾ ਅਟੈਕ। ਪੰਜਾਬ ਦੇ ਵਿੱਚ ਜਾਰੀ ਕੀਤਾ ਮੁੜ ਤੋਂ ਅਲਰਟ। ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ ਠੰਡ। ਮੌਸਮ ਵਿਭਾਗ ਦੀ ਚੇਤਾਵਨੀ ਸੂਤਰਾਂ ਦੇ ਹਵਾਲੇ ਤੋਂ ਆਈ ਵੱਡੀ ਖਬਰ ਕਿ ਪੰਜਾਬ ਦੇ ਸਕੂਲਾਂ 'ਚ ਮੁੜ ਵੱਜ ਸਕਦੀਆਂ ਨੇ ਛੁੱਟੀਆਂ। ਕੀ ਹੈ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ, ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਗਰ ਤੁਸੀਂ ਸਾਡੇ ਚੈਨਲ GD ਟੈਕੀ 'ਤੇ ਨਵੇਂ ਹੋ ਤਾਂ ਆਪਣੇ ਚੈਨਲ GD ਟੈਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਹਾਨੂੰ ਦੱਸ ਦਈਏ, ਸੋਸ਼ਲ ਮੀਡੀਆ 'ਤੇ ਵੀ ਖਬਰਾਂ ਵਾਇਰਲ ਹੋ ਰਹੀਆਂ ਨੇ ਅਤੇ ਮੌਸਮ ਵਿਭਾਗ ਦੇ ਵੱਲੋਂ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਹਲੇ ਕੁਛ ਦਿਨ ਜਿਹੜੇ ਨੇ ਉਹਨਾਂ ਦੇ ਵਿੱਚ ਠੰਡ ਅਤੇ ਧੁੰਦ ਦਾ ਕਹਿਰ ਜਾਰੀ ਰਹੇਗਾ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਸਕੂਲਾਂ ਦੇ ਵਿੱਚ ਆਉਣ ਜਾਣ 'ਚ ਪਰੇਸ਼ਾਨੀ ਰਹਿ ਸਕਦੀ ਹੈ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ 10ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ, ਉਹ ਐਲਾਨ ਜਿਹੜਾ ਅੱਜ ਯਾਨੀ ਕਿ 13 ਜਨਵਰੀ 14 ਜਨਵਰੀ ਤੱਕ ਖਤਮ ਹੋ ਜਾਣਾ ਹੈ। ਸੋ 15 ਜਨਵਰੀ ਤੋਂ ਮੁੜ ਸਕੂਲ ਖੁੱਲ੍ਹਣੇ ਨੇ। ਹੁਣ ਦੇਖਣਾ ਇਹ ਹੋਏਗਾ ਕਿ 13 ਅਤੇ 14 ਜਨਵਰੀ ਦਾ ਦਿਨ ਪਿਆ ਹੈ, ਕੀ ਮੌਸਮ ਦੇ ਵਿੱਚ ਕੋਈ ਬਦਲਾਵ ਆਉਂਦਾ ਹੈ। ਜੇਕਰ ਮੌਸਮ 'ਚ ਬਦਲਾਵ ਨਹੀਂ ਆਉਂਦਾ ਤਾਂ ਕੀ ਅੱਜ ਸ਼ਾਮ ਜਾਂ ਫਿਰ ਕੱਲ੍ਹ ਸ਼ਾਮ ਤੱਕ ਕੋਈ ਵੱਡਾ ਫੈਸਲਾ ਜਿਹੜਾ ਸਿੱਖਿਆ ਵਿਭਾਗ ਵੱਲੋਂ ਨਿਕਲ ਕੇ ਆਵੇਗਾ? ਜਾਂ ਤਾਂ ਛੁੱਟੀਆਂ ਦੇ ਵਿੱਚ ਮੁੜ ਵਾਧਾ ਕੀਤਾ ਜਾਵੇਗਾ, ਜਾਂ ਫਿਰ ਸਕੂਲਾਂ ਦੇ ਸਮੇਂ ਦੇ ਵਿੱਚ ਜਿਹੜਾ ਬਦਲਾਵ ਕੀਤਾ ਜਾਵੇਗਾ, ਯਾਨੀ ਕਿ 15 ਜਨਵਰੀ ਤੋਂ ਵੀ ਜਿਹੜੇ ਸਕੂਲ ਨੇ ਸਵੇਰੇ 10 ਵਜੇ ਹੀ ਖੁੱਲ੍ਹਣਗੇ। ਹੁਣ ਦੇਖਣਾ ਇਹ ਹੋਏਗਾ ਕਿ ਸਿੱਖਿਆ ਵਿਭਾਗ ਜਿਹੜਾ ਵੈ ਵਿਦਿਆਰਥੀਆਂ ਦੇ ਸੁਰੱਖਿਆ ਨੂੰ ਹਿੱਤ 'ਚ ਰੱਖਦੇ ਹੋਏ ਕੀ ਵੱਡਾ ਫੈਸਲਾ ਲੈ ਕੇ ਆਵੇਗਾ। ਸੋ ਜਿਵੇਂ ਕੋਈ ਵੱਡੀ ਅਪਡੇਟ ਆਏਗੀ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਾਂਗੇ। ਸੋ ਇਸ ਵੀਡੀਓ ਵਿੱਚ ਇੰਨਾ ਹੀ। ਧੰਨਵਾਦ।